ਸਾਧ ਸੰਗਤ ਜੀ ਅੱਜ ਭਾਵੇਂ ਇਲੀਗਲ ਮਾਈਨਿੰਗ ਹੈ, ਇੱਥੇ ਮੰਤਰੀ ਸਾਹਿਬ ਰੋਜ਼ ਬਿਆਨ ਲਾ ਦਿੰਦੇ ਖਜ਼ਾਨਾ ਖਾਲੀ, ਕਿਸਾਨੀ ਦਾ ਕਰਜ਼ਾ ਮਾਫ ਕਰਨਾ ਹੋਵੇ ਤੇ ਖਜ਼ਾਨਾ ਖਾਲੀ, ਦਲਿਤ ਭਰਾਵਾਂ ਦਾ ਕਰਜ਼ਾ ਮਾਫ ਕਰਨਾ ਹੋਵੇ ਤੇ ਖਜ਼ਾਨਾ ਖਾਲੀ, ਇੰਪਲਾਈਜ਼ ਨੂੰ ਭੱਤਾ ਦੇਣਾ ਹੋਵੇ ਮੁਲਾਜ਼ਮਾਂ ਦਾ 5000 ਕਰੋੜ ਇਹ ਸਰਕਾਰ ਖਾ ਗਈ ਉਹਨਾਂ ਦੇ TADA ਦਾ ਤੇ ਖਜ਼ਾਨਾ ਖਾਲੀ, ਨੌਜਵਾਨ ਨੂੰ ਨੌਕਰੀ ਦੇਣੀ ਹੋਵੇ ਤੇ ਖਜ਼ਾਨਾ ਖਾਲੀ, ਮੋਬਾਈਲ ਫੋਨ ਦੇਣਾ ਹੋਵੇ ਤੇ ਖਜ਼ਾਨਾ ਖਾਲੀ, ਪੈਨਸ਼ਨ ਦੇਣੀ ਹੋਵੇ 2000-2500 ਤੇ ਖਜ਼ਾਨਾ ਖਾਲੀ, 51,000 ਸ਼ਗਨ ਸਕੀਮ ਦੇਣਾ ਹੋਵੇ ਤੇ ਖਜ਼ਾਨਾ ਖਾਲੀ, ਆਟਾ ਦਾਲ ਦੇਣਾ ਹੋਵੇ ਤੇ ਖਜ਼ਾਨਾ ਖਾਲੀ, ਮਗਰ ਜਦੋਂ 27 AC ਚਲਾ ਕੇ ਰਾਹਤ ਕੱਟਣੀ ਹੋਵੇ ਤੇ ਮਨਪ੍ਰੀਤ ਸਿੰਘ ਬਾਦਲ ਦਾ ਖਜ਼ਾਨਾ ਡੱਕੋ ਡੱਕ ਭਰਿਆ, ਕਦੇ ਸੁਣਿਆ? ਮੈਨੂੰ ਲੱਗਦਾ ਮੋਤੀ ਮਹਿਲ ਚ 27 AC ਨਹੀਂ ਲੱਗੇ ਹੋਣੇ, ਅਰੇ AC ਤਾਂ ਲਾਉਣੇ ਪੈ ਗਏ। ਮੈਨੂੰ ਲੱਗਦਾ ਜਿਹੜਾ ਖਜ਼ਾਨੇ ਦੀ ਗਰਮੀ ਹੈ ਕਿੱਥੇ ਪਤਾ ਨਹੀਂ, ਰਾਤ ਨੂੰ ਕਿ ਵੇਖਣ ਵਾਲਾ ਹੀ ਨਜ਼ਾਰਾ, ਮੈਂ ਤਾਂ ਵੇਖਦਾ ਸ਼ਿਮਲਾ ਬਣਾਇਆ ਪਿਆ ਮਸ਼ਹੂਰੀ, ਲੋਕਾਂ ਨੂੰ ਜਾਣ ਦੀ ਲੋੜ ਨਹੀਂ, ਕਿੱਥੇ ਖਜ਼ਾਨਾ ਮੰਤਰੀ ਦੇ ਘਰ ਹੀ ਫਿਰੇ ਆਵੇ ਤੇ ਕਹਿੰਦੇ ਮਸ਼ਹੂਰੀ ਵੇਖਣ ਨੂੰ ਮਿਲ ਜਾਂਦਾ। ਬਰਫ਼ ਲੋਕੀ ਕਹਿੰਦੇ ਆ ਪਹਾੜਾਂ ਤੇ ਪੈਂਦੀ ਆ, ਮਗਰ 27 AC ਚਲਾ ਕੇ ਜਿਹੜੀ ਬਰਫ਼ੋ ਬਰਫ਼ ਖਜ਼ਾਨਾ ਮੰਤਰੀ ਨੇ ਇੱਥੇ ਕੀਤੀ ਪਈ ਆ, ਉਹ ਵੇਖਣ ਵਾਲਾ ਨਜ਼ਾਰਾ। ਔਰ ਤੁਹਾਡੇ ਵੇਲੇ ਖਜ਼ਾਨਾ ਖਾਲੀ, ਔਰ ਤੁਸੀਂ ਮੰਨੋਗੇ ਆ ਗੀਜ਼ਰ ਪਤਾ ਕਿੰਨੇ ਲਾਏ ਆ? ਆ ਮੈਂ ਅਖਬਾਰ ਪੜ੍ਹੀ ਸੀ, ਆਇਆ ਹੋਣਾ ਪੱਤਰਕਾਰ ਵੀਰ ਜੀ ਦੀ ਅਖਬਾਰ ਨੇ ਖਬਰ ਲਾਈ, 17 ਗੀਜ਼ਰ ਸਾਰਾ ਲੋਕਾਂ ਲਈ ਤਾਂ ਖਜ਼ਾਨਾ ਖਾਲੀ, ਮਗਰ ਜਦੋਂ ਐਡਵਾਈਜ਼ਰ ਲਾਉਣਾ ਹੋਣ ਤੇ ਖਜ਼ਾਨਾ ਭਰ ਜਾਂਦਾ। ਜਦੋਂ ਆਪ ਦੀਆਂ ਇਨੋਵਾ ਗੱਡੀਆਂ ਲੈ ਕੇ MLA ਨੂੰ ਦੇਣੀਆਂ ਹੋਣ ਤੇ ਖਜ਼ਾਨਾ ਭਰ ਜਾਂਦਾ, ਜਦੋਂ ਜਹਾਜ਼ ਦੇ ਹੂਟੇ ਲਵਾਉਣੇ ਹੋਣ ਉਦੋਂ ਖਜ਼ਾਨਾ ਭਰ ਜਾਂਦਾ, ਮਗਰ ਜਦੋਂ ਗਰੀਬਾਂ ਦੀ ਗੱਲ ਆਵੇ ਤੇ ਖਜ਼ਾਨਾ ਖਾਲੀ। ਖਜ਼ਾਨਾ ਸਰਕਾਰ ਦਾ ਖਾਲੀ ਹੋ ਗਿਆ, ਮਗਰ ਜੋ ਜੋ ਟੈਕਸ ਲੱਗਦਾ ਖਜ਼ਾਨਾ ਮੰਤਰੀ ਦਾ ਖਜ਼ਾਨਾ ਭਰ ਜਾਂਦਾ। ਇਸ ਚੈਨਲ ਪਰ ਚੱਲ ਰਹੇ ਮੁੱਦੋ ਪਰ ਆਪਣੇ ਵਿਚਾਰ ਦੇਣ ਕੇ ਲਈ ਕਮੈਂਟ ਕਰੇ, ਔਰ ਅਪਡੇਟ ਰਹਿਣ ਕੇ ਲਈ ਚੈਨਲ ਕੋ ਲਾਈਕ ਐਂਡ ਸਬਸਕ੍ਰਾਈਬ ਕਰੇ, ਔਰ ਹਾਂ ਬੈਲ ਆਈਕਨ ਦਬਾਨਾ ਨਾ ਭੁੱਲੇ।